ਫਿਰੋਜ਼ਪੁਰ ਦੇ ਨੇੜਲੇ ਪਿੰਡ ਇੰਦਰਾ ਕਲੋਨੀ ਦੀ ਪੈਲੀ ਵਿੱਚ ਲੱਗੇ ਇੱਕ ਪਾਈਪ ਨੂੰ ਲੈ ਕੇ ਹੋਇਆ ਝਗੜਾ। ਝਗੜਾ ਇੰਨਾ ਵੱਧ ਗਿਆ ਕਿ ਜ਼ਮੀਨਵਾਰ ਵਿਅਕਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਹਮਲਾਵਰ ਇੱਥੇ ਤੱਕ ਹੀ ਸੀਮਤ ਨਹੀਂ ਰਹੇ, ਉਹ ਹੁੱਲੜਬਾਜ਼ੀ ਕਰਦੇ ਉਸਦੇ ਘਰ ਪਹੁੰਚ ਗਏ ਅਤੇ ਉਸਦੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਘਰ ਦੇ ਸਾਰੇ ਸਮਾਨ ਦੀ ਭੰਨ ਤੋੜ ਕੀਤੀ ਗਈ। ਪੀੜਤ ਵਿਅਕਤੀ ਦੇ ਬਿਆਨਾਂ ਮੁਤਾਬਕ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਹੀ। ਆਓ ਦੇਖਦੇ ਹਾਂ ਕੀ ਹੈ ਪੂਰਾ ਮਾਮਲਾ। ਛੇਤੀ ਨਾਲ ਬੜਕਾ ਮਾਰਦੇ ਆਉਂਦੇ, ਮੈਂ ਭੱਜ ਕੇ ਬਾਹਰ ਨਿਕਲੀ। ਮੈਂ ਕਿਹਾ ਚੱਲ, ਉਹ ਸਾਰੇ ਇੱਥੇ ਬੜੇ ਲੜਾਈ, ਇੱਟਾਂ ਰੋੜੇ, ਉਹ ਕੰਧਾਂ ਕੰਧਾਂ ਕੀ ਗਲੀ ਦੇ ਵਿੱਚ ਅੰਗਾ ਮਾਰ। ਹਾਂਜੀ ਹਾਂਜੀ, ਗਲੀ ਦੇ ਵਿੱਚ ਇੱਥੇ ਘਰੇ ਆ ਗਏ ਸੀ ਸਾਰੇ ਆ। ਨਿੱਕੀਆਂ ਨਿੱਕੀਆਂ ਬੱਚੀਆਂ ਸੀ ਤੇ ਬਸ ਭੂਆ ਸਾਡੀ ਇਕੱਲੀ ਕਰੇ ਸੀ। ਉਹਨਾਂ ਨੂੰ ਮੈਂ ਤਾਂ ਪ੍ਰਾਹੁਣੀ ਆ ਤੇ ਉਹ ਵੀ ਮੇਰੇ ਵਾਸਤੇ ਭੈਣਾਂ ਭਰਾ ਸੀਗੇ। ਮੈਂ ਕਿਹਾ ਨਾ ਪੁੱਤਵੇ, ਨਾ ਲੜੋ ਕਿਸੇ ਨੂੰ ਕੁਛ, ਨਾ ਉਹਨਾਂ ਦਾ ਇੱਕ ਮੁੰਡਾ ਸੀ ਵੱਡਾ ਤੇ ਛੋਟਾ ਜਿਹਾ ਇਹਨਾਂ ਦਾ ਬੱਚਾ। ਉਹ ਕਹਿੰਦੇ ਵੀ ਨਹੀਂ ਜੀ, ਉਹਨੇ ਸਾਡੇ ਪਿਓ ਦੇ ਇੱਥੇ ਪਤਾ ਨਹੀਂ ਨਿਸ਼ਾਨੀ ਜੀ ਕਿਤੇ ਲੱਗੀ ਕਿ ਨਹੀਂ ਲੱਗੀ। ਕਹਿੰਦੇ ਕਿ ਉਹਨੇ ਸਾਡੇ ਪਿਓ ਨੂੰ ਮਾਰਿਆ, ਅਸੀਂ ਇਹ ਮੁੰਡਾ ਵੱਢਣਾ। ਤੇ ਉਹ ਬੜੇ ਜੁੱਧਾਂ ਨਾਲ ਅਸੀਂ ਤਾਂ ਢਾਏ ਵੀ ਮਿੰਤਾ ਤਰਲੇ ਕੀਤੇ ਵੀ ਨਾ ਪੁੱਤ ਨਾ ਲੜੋ। ਕੀ ਹਥਿਆਰ ਸੀ ਉਹਨਾਂ ਕੋਲ ਫੜੇ ਦੇਖੇ? ਹਾਂਜੀ, ਕੀ ਹਥਿਆਰ ਸੀ ਜਿਹੜੇ ਫੜੇ ਦੇਖੇ? ਹਥਿਆਰ ਤਾਂ ਸਰ ਉਹਨਾਂ ਕੋਲੇ ਮੂੰਹ ਸਿਰ ਵੱਜੇ ਸੀ ਤੇ ਉਹਨਾਂ ਕੋਲੇ ਤਾਂ ਪਤਾ ਨਹੀਂ ਕੀ ਕੀ ਕਾਪੇ ਕਿਰਪਾਨਾਂ ਕਈਆਂ ਕਵਾੜੀਆਂ, ਪਤਾ ਨਹੀਂ ਉਹਨਾਂ ਕੋਲ ਕੀ ਕੁਛ ਸੀਗਾ। ਤੇਜ਼ਧਾਰ ਹਥਿਆਰ, ਜਾਨੋਂ ਮਾਰਨ ਵਾਲੇ ਹਥਿਆਰ ਸੀ, ਤੇਜ਼ਧਾਰ ਹਥਿਆਰ ਸੀ? ਹਾਂਜੀ 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 ਹਾਂਜੀ। ਹੁਣ ਪੁਲਿਸ ਵੱਲੋਂ ਇੱਥੇ ਕੋਈ ਕਾਰਵਾਈ ਆਇਆ ਕਿ ਕੀਤੀ? ਨਹੀਂ ਨਹੀਂ ਸਰ, ਪੁਲਿਸ ਵੱਲੋਂ ਤਾਂ ਕੋਈ ਨਹੀਂ ਕਾਰਵਾਈ। ਠੀਕ। ਯਾ ਕੀ ਹੋਇਆ ਜਿਹੜਾ ਤੁਹਾਡੇ ਘਰ ਦੇ ਵਿੱਚ ਹਮਲਾ ਹੋਇਆ? ਪਹਿਲਾਂ ਮੇਰੇ ਡੈਡੀ ਤੇ ਉੱਥੇ ਉਹਨਾਂ ਨੇ ਮੋਟਰ ਤੇ ਤਲਵਾਰਾਂ ਨਾਲ ਹਮਲਾ ਕੀਤਾ। ਜਦੋਂ ਉਹਨੂੰ ਸਾਰੇ ਜਣੇ ਉਹਨੂੰ ਲੈ ਗਏ ਹੋਸਪਿਟਲ, ਹੋਸਪਿਟਲੋਂ ਬਾਅਦ ਉਹਨਾਂ ਨੇ ਸਾਰੇ ਤਲਵਾਰ ਲੈਸ ਕਰਕੇ ਸਾਡੇ ਘਰ ਸਾਡੇ ਚਾਰਾ ਪੈਣ ਨੂੰ ਧਮਕਾਇਆ, ਸਾਨੂੰ ਗੰਦੀਆਂ ਗਾਲਾਂ ਦਿੱਤੀਆਂ। ਇੱਥੋਂ ਤੱਕ ਕਿ ਉਹਨਾਂ ਨੇ ਮੇਰੇ ਭਰਾ ਨੂੰ ਮਾਰਨ ਦੀ ਧਮਕੀ ਵੀ ਦਿੱਤੀ। ਸਾਨੂੰ ਵੀ ਕਹਿੰਦੇ ਤੁਹਾਨੂੰ ਵਾਲਾ ਤਾਂ ਖਿੱਚ ਕੇ ਅਸੀਂ ਕੜੀ ਸੀ ਨੇ, ਉਹਨਾਂ ਕੋਲ ਬੰਦੂਕ ਪਿਸਟਲ ਸਾਰਾ, ਜਦ ਕਿ ਅਸੀਂ ਘਰੇ ਇਕੱਲੇ ਚਾਰ ਭੈਣ ਭਰਾ ਸੀ। ਸਾਡੀ ਇਹੀ ਮੰਗ, ਸਾਨੂੰ ਇਨਸਾਫ ਦੇ, ਜਿੰਨਾ ਸਮਾਨ ਸਾਡਾ ਤੋੜਿਆ ਨਾ, ਸਾਨੂੰ ਸਾਰਾ ਸਮਾਨ ਵਾਪਸ ਚਾਹੀਦਾ ਉਹਨਾਂ ਤੋਂ। ਕਿਸ ਤਰ੍ਹਾਂ ਦੀ ਗੁੰਡਾਗਰਦੀ ਸ਼ਰੇਆਮ ਹੋਈ? ਸਾਡੇ ਕੋਲ ਆ ਕੇ ਸਾਡੇ ਸਮਾਨ ਤੋੜੇ, ਇੱਟਾਂ ਮਾਰ ਮਾਰ ਉਹਨਾਂ ਨੇ ਸਾਡੀ ਅਲਮਾਰੀ ਤੋੜਤੀ, ਬੂਹੇ ਤੋੜਤੇ, ਬਾਰੀਆਂ ਭੰਨਤੀਆਂ। ਕੀ ਇਹਨੂੰ ਗੁੰਡਾਗਰਦੀ ਸਮਝਦੇ? ਹਾਂਜੀ ਬਿਲਕੁਲ, ਆਪਣਾ ਰੋਪ ਚਾੜਦੇ। ਕਹਿੰਦੇ ਸਾਡੇ ਕੋਲ ਪੈਸੇ, ਕਿੰਨਾ ਕੁ ਪੈਸਾ ਇਹਨਾਂ ਕੋਲ? ਪੈਸੇ ਵਾਲੇ ਜ਼ਿਆਦਾ ਕੌਣ ਸੀਗੇ, ਕਿੱਥੋਂ ਦੇ ਇਹ ਬੰਦੇ? ਕੁਛ ਸਾਡੇ ਪਿੰਡ ਦੇ, ਕੁਛ ਬਾਹਰੋਂ ਆਏ ਨੇ। ਅਣਪਛਾਤੇ ਹੀ ਕੁਛ? ਹਾਂਜੀ। ਕਿੰਨੇ ਕੁ ਬੰਦੇ ਜਿਹੜੇ ਦਾਖਲ ਹੋ ਗਏ ਤੁਹਾਡੇ ਘਰ 'ਚ? 11 ਜਣੇ। ਹਥਿਆਰ ਵਾਲਾ ਕੀ ਸੀ? ਹਥਿਆਰ ਵਾਲੇ ਮੇਰੇ ਪਾਪਾ ਨੂੰ ਸੱਟ ਜ਼ਿਆਦਾ ਲੱਗੀ ਸਾਡੇ ਘਰ 'ਚੋਂ, ਅਤੇ ਬਾਕੀ ਮੇਰੇ ਭਰਾ ਨੂੰ ਮਾਰਨ ਦੀ ਧਮਕੀ ਦੇਣੀ, ਕਾਪੇ ਨਾਲ ਅਸੀਂ ਵੱਢ ਦੇਣਾ, ਬੰਦੂਕ ਗੋਲੀ ਮਾਰ ਦੇਣੀ ਅਸੀਂ ਇਹਨੂੰ, ਇਸ ਤਰ੍ਹਾਂ ਦੀਆਂ ਧਮਕੀਆਂ ਦਿੰਦੇ ਨੇ। ਪੁਲਿਸ ਵੱਲੋਂ ਕੋਈ ਆ ਕੇ ਮੌਕੇ 'ਤੇ ਦੇਖਿਆ? ਕੁਛ ਨਹੀਂ ਹੋਇਆ ਪੁਲਿਸ ਵੱਲੋਂ, ਜੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਸਮਝਦੇ ਹੋ? ਹਾਂਜੀ। ਚੰਨਾ ਕਿੱਥੋਂ ਦੇ ਰਹਿਣ ਵਾਲੇ? ਮੈਂ ਕਲੋਨੀ ਦਾ ਰਹਿਣਾ। ਹੈ ਕਲੋਨੀ ਦਾ ਰਹਿਣਾ? ਕਿਹੜੀ ਕਲੋਨੀ? ਕਲੋਨੀ ਇੰਦਰਾ ਕਲੋਨੀ। ਅੱਛਾ, ਕੀ ਹੋਇਆ ਕਿ ਜਿਹੜਾ ਘਰ ਦੇ ਵਿੱਚ ਤੋੜ ਫੋੜ ਹੋਈ? ਇਹ ਜੀ, ਅਸੀਂ ਪਹਿਲੀ ਤਾਂ ਆਪਦੀ ਤਾਂ ਗਏ ਸਾਂ, ਉੱਥੇ ਮੇਰਾ ਮੁੰਡਾ ਗਿਆ ਸੀ ਲੱਖਾ। ਹਾਂਜੀ ਹਾਂਜੀ। ਉੱਥੇ ਨਾ ਕਿਰਪਾਨਾਂ ਮਾਰੀਆਂ, ਉੱਥੇ ਡਾਂਗਾਂ ਮਾਰੀਆਂ, ਉਹਨਾਂ ਨੂੰ ਪਤਾ ਲੱਗਾ ਸੀ ਚੁੱਕ ਦੇ ਬਾਹਰ ਬਾਹਰ ਲੈ ਗਏ। ਜਿੰਨੇ ਫਿਰ ਬੰਦੇ ਸੀ, 15-16 ਬੰਦੇ ਬਾਹਰੋਂ ਸੀ, ਇੱਥੇ ਇੱਕ ਦੇਵੀ ਸੀ, ਇੱਕ ਆਪਣਾ ਕੁੜੀਆਂ ਸੀ, ਬਾਹਰ ਬਾਕੀ ਬੰਦੇ 15-16 ਜਿਹੜੇ ਬਾਕੀ ਬੰਦੇ ਬਾਹਰੋਂ ਮੰਗਵਾਏ ਸੀ ਇਹਨਾਂ ਇਹਨਾਂ ਤਾਂ ਅਸੀਂ ਤਾਂ ਘਰੇ ਨਹੀਂ ਸਨ। ਕੁੜੀਆਂ ਦੋ ਸਾਡੀਆਂ ਜਵਾਨਾਂ ਘਰੀਆਂ ਘਰੇ ਸੀ, ਇਹਨਾਂ ਤੋੜ ਫੋੜ ਕੀਤੀ, ਗਾਲ ਮੁੰਡਾ ਬਹੁਤ ਭੈੜੇ ਦੇ ਪੈੜਾ ਕੱਢਿਆ ਅਤੇ ਜੋ ਤੋੜ ਭੰਨ ਕਰਤੀ ਇਹਨਾਂ ਸਾਡੀ। ਮੁੰਡੇ ਦੇ ਤਲਵਾਰਾਂ ਵੀ ਮਾਰੀਆਂ? ਹਾਂ, ਤਲਵਾਰਾਂ ਮਾਰੀਆਂ, ਲੱਖੇ ਦੇ ਵਜੀਆਂ ਉੱਥੋਂ ਆਏ ਸੀ, ਦੋ ਕੋਲ ਪਸਤੌਲ ਸੀ। ਹਾਂ ਹਾਂ, ਅੱਛਾ, ਇਹ ਕਿਸ ਤਰ੍ਹਾਂ ਹੋਇਆ, ਰੌਲਾ ਕੀ ਸੀਗਾ? ਰੌਲਾ ਸਾਡਾ ਕੁਛ ਵੀ ਨਹੀਂ ਸੀਗਾ ਜੀ, ਇਹ ਗੱਲ ਦਾ ਵੀ ਨਹੀਂ ਹੈਗਾ। ਇਹਨਾਂ ਪਹਿਲਾਂ ਸਾਡਾ ਮਾੜਾ ਮੋਟਾ ਇੱਕ ਮੁੰਡੇ ਨਾਲ ਗੱਲਬਾਤ ਕੋਈ ਚੱਲਦੀ ਸੀ, ਕੋਈ ਥਾਣੇ ਦਰਖਾਸ਼ਾਂ ਵੀ ਦਿੱਤੀਆਂ ਹੋਈਆਂ ਸੀ, ਕੋਈ ਗੱਲ ਨਹੀਂ ਉਸਨੇ। ਬਾਕੀ ਇਹ ਮਨਸੂਬਾ ਇਹਨਾਂ ਬਣਾਇਆ ਸੀ, ਇਹਨਾਂ ਨੇ ਮਨਸੂਬਾ ਬਣਾਇਆ ਸੀ ਅਸੀਂ ਲੱਖੇ ਨੂੰ ਅੱਜ ਅਸੀਂ ਵੱਢਣਾ ਵੱਢਣਾ। ਅੱਛਾ, ਕੀ ਜ਼ਮੀਨ ਦਾ ਵੀ ਕੋਈ ਰੌਲਾ ਸੀਗਾ? ਮੋਗੀ ਦਾ ਵੀ ਰੌਲਾ ਸੀ? ਉਹਦੀ ਜ਼ਮੀਨ ਦਾ ਵੀ ਰੌਲਾ, ਪਹਿਲਾਂ ਇਹਨੇ ਜ਼ਮੀਨ ਲਈ ਸੀ, ਬਾਅਦ 'ਚ ਅਸੀਂ ਲੈ ਲਈ, ਬੋਲੀ ਦੀ ਪੈਲੀ, ਪੰਚਾਇਤ ਦੀ ਪੈਲੀ। ਅੱਛਾ, ਇਹ ਗਾਇਬ ਹੋ ਗਈ ਆ, ਫਿਰ ਤੁਸੀਂ ਸਾਡੀ ਪੋਰਟਲ ਜਾਓ। ਇਹ ਰਾਤ ਦੇ ਫਿਰ ਬਾਅਦ 'ਚ 9 ਵਜੇ ਗਏ ਨੇ ਮਨਸੂਬਾ ਬਣਾ ਦੇ, ਉਹੀ ਮੋਗੀ ਦਾ ਨਾਂ ਨਹੀਂ ਲੈਣਾ, ਉੱਥੇ ਜਾ ਕੇ ਜਾਂਦੇ ਮੁੰਡੇ ਦੇ ਲੱਖੇ ਦੇ ਗੱਲ ਪੈ ਗਿਆ। ਕਿ ਤੇਜ਼ਧਾਰਾਂ ਹਥਿਆਰਾਂ ਨਾਲ ਹਮਲਾ ਕੀਤਾ ਕਿ ਕਿਸ ਤਰ੍ਹਾਂ? ਤਲਵਾਰ ਨਾਲ। ਤੇਜ਼ਧਾਰ ਹਥਿਆਰ ਸੀ? ਕਿਰਪਾਨ ਸੀ।
ढाई किले जमीन मेरे को पंचायत की ठेके से उन्हें एक मोगी लगी हुई है नार दे पैप लगी है वह कहता भी मैं पैप पटनी जा मैं 500 रुपया दे दो ना वीर मेरा जो मर्जी आके पट लै तेरी पैप है असं होर ना पलेंगे दारू पीती रात 9:30 बजे वो आ गया मैं किला मेरा ट्रैक्टर फड मारता पाया डेढ़ किला मेरा फड हो चुका उन्हें पनीरी पई हुई है अजे भी जाके तो अज झोना भी लाने पैन लेबर आए तो मैं किया जी कहते नहीं असी पैप होने पटनी मैं चल पट लै फिर कहना पैप नहीं पटनी मैं चलन भी नहीं देनी ना यार एडा धक्का ना कर मेरा फड सुक जाएगा रात को मैं मेरी लेबर कितों झोना लावेगी बस जी इस तरह ही करद्या करद्या 5 जने ने जी 2 आण पछाते बंदे ने जी 3 जने उन्हें आंदे पुछया नहीं दसा नहीं मारी कृपान जी तो मैं अगे हाथ किया आ मेरा हाथ सारा वड्या होया जी इतों लगे इतों तक 6 टांके लगे आज सिर से मेरे लग मारा जी पता नहीं बाद की वजह है ये भी बड़ी डूंगी इतने भी टांके लगे ने जी तो आज डांगा ना मेरे नीर पाए हुए हैं सारे जी तो कला ही मैं गा सी कृपाना सी कापे सी जी तो उन्होंने को दो कहियां सी जड़ियाँ जी मेरे घर से भी हमला किया जी मैं इतने आ गया असं हॉस्पिटल लैके मैं आ गए हाँ जी मेरे घर के पूरे मेरे जिन्ने गेट ने जी कुर्सियाँ कूलर सब उन्हें कृपाना मार मार घर वड आए जी मेरिया कलिया बेटिया दो घरे से मेरा बेटा सी घर जी सारा पिंड गवाह है जी इस गल का उन्हें वीडियो सारे ने बनाई ने जी तो घट्टो घट 60 बंदे लैके गए आण पछाते उन्हें को पिस्टल भी उन्हें कहने दो पिस्टल ने तो घट्टो घट कापे कृपाना मेरे बूहे मार मार वड़ते सारे जी पिंड के दो बंदे जी एक ते ओ चार दो जनानियां ने जी और एक उन्हें घर दी दो उन्हें बेटियां भी नाल दो बेटे भी बन एक उन्हें भैन भी नाल ते केड़े 30-40 बंदे आण पछाते ने जिन्ना मूँह ते रुमाल ते साफे बन्ने हुए ने नंगे पिस्टल भी लैके आए ने जी ते उन्होंने कोई कापे कृपाना मार मार के मेरा सारा घर ही वड़ता मेरी एलसीडी घरों ला के लैके 43 इंची की मैं दिवाली के नवी लवाई है जी उनकी मैं बजाज फाइनेंस वाले की किस्त भी तारनी है जी अजे कल मेरी 2 तरीक में मेरी किस्त भरनी है शरेआम हो रही शरेआम ही गुंडागर्दी पता नहीं की चक्कर पुलिस ने नकेल पानी चाहिए जी मैं तो कहना जी सरकार किसी काम की नहीं है जी मैं एक छोटा जहा किसान मैं 25,000 साल पहली ठेके से लैंना मेरा 60,000 रुपया ठेका जी तो मैं पानी कितों लाना पानी तो मैं लाना ही लाना जी जे वो पैप आपकी पट लैन मैं तभी वो कहते ना पैप पट्टनी तो ना अभी पानी ला देना तेन मैंने प्रशासन तो यही मांग है मैं इंसाफ मिलना चाहिए जी मैं छोटा जहा जिमीदार हाँ गरीब घर का मुंडा जी ठीक है जी तो मैं इंसाफ सरकार को दवाया जाए जी आरती मेरा घर वाला खेत कला सीधा तो रात उन्होंने फ्लड मारते पै सीधे तो मगरों बंदे आए 5-6 उन्होंने इन्होंने बहुत सट्टा लाइया कापे कुआ कृपाना नाल तो बहुत जट्टा लग गया चल हाँ जी बहुत ज़्यादा हाँ जी घर भी आके साढ़े बहुत तोड़ असं इन हॉस्पिटल लैके गए सट्टा बहुत ज़्यादा सी तो घर मेरे बेटियां कलियां सीरिया तो घर बहुत नुकसान कर गए ने तोड़ फोड़ बहुत ज़्यादा कर गए ने मेरी LCD लगी घर LCD भी ला के लै गए बहुत ज़्यादा नुकसान कुर्सियाँ चेयर सारा कुछ तोड़ गया ने बूहे गेट तोड़ हाँ जी मैं यही मांग कहनी साढ़े तो जो भी कार्रवाई बनती सरकार साढ़े कार्रवाई करे।